ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੀਆਂ ਨੇ ਜਿੱਥੇ ਕਿਸਾਨਾਂ ਨੇ ਪੁੱਤਾਂ ਵਾਂਗੂ ਨਰਮੇ ਦੀ ਫਸਲ ਨੂੰ ਪਾਲ ਪਲੋਸ ਕੇ ਵੱਡਾ ਕੀਤਾ ਸੀ ਜਿਸ ਦੇ ਬਦਲੇ ਉਹਨਾਂ ਨੂੰ ਮੋਟੀ ਕਮਾਈ ਹੋਣੀ ਸੀ ਪਰ ਕਿਸਾਨਾਂ ਦੇ ਅਰਮਾਨਾਂ ਤੇ ਉਦੋਂ ਪਾਣੀ ਫਿਰ ਗਿਆ ਜਦੋਂ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਲਗਭਗ 3 ਏਕੜ ਨਰਮੇ ਦੀ ਫਸਲ ਤਬਾਹ ਹੋ ਗਈ ਤੇ ਕਿਸਾਨ ਨਿਰਾਸ਼ਾ ਦੇ ਆਲਮ ਵਿੱਚ ਡੁੱਬੇ ਨੇ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਨੂੰ ਬਚਾਉਣ ਲਈ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਦੀ ਕੀਟਨਾਸ਼ਕ ਦਵਾਈਆਂ ਤੇ ਵੀ ਖਰਚ ਕੀਤਾ ਗਿਆ ਸੀ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਡੰਗ ਅੱਗੇ ਸਾਰੀਆਂ ਦਵਾਈਆਂ ਫੇਲ ਹੋ ਗਈਆਂ ਲਿਹਾਜ਼ਾ ਕਿਸਾਨਾਂ ਨੂੰ ਆਪਣੀ ਫਸਲ ਖੜੀ ਸਮੇਂ ਤੋਂ ਪਹਿਲਾਂ ਹੀ ਵੱਢਣੀ ਪਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਤੁੰਗਵਾਲੀ ਪਿੰਡ ਆ ਮੇਰਾ ਹਰਭਜਨ ਮੇਰਾ ਨਾਂ ਹੈਗਾ 3 ਕਿੱਲੇ ਵਾਹਣ ਸੀ ਮੇਰੇ ਕੋਲ ਵਾਹਣ ਮੇਰੇ ਕੋਲ ਠੇਕੇ ਤੇ ਆ 4 ਮੈਂ ਸਫਰੇਹਾਂ ਕਰੀਆਂ 3 ਇੱਕ ਕਟੋਪ ਲਾਉਣ ਕਰੀ ਆ 3 ਕਟਾਲਾ ਦੀਆਂ ਕਰੀਆਂ ਕੋਈ ਹੱਲ ਨਹੀਂ ਹੋਇਆ ਵਿਚਾਰੇ ਇਹਨਾਂ ਨੂੰ ਭਾਗੋਲਿਆਂ ਤੋਂ ਮੁੰਡਿਆਂ ਤੋਂ ਪੁੱਛ ਕੇ ਪਾਣੀ ਵੀ ਲਾਤਾ ਮੈਂ ਕੋਈ ਹੱਲ ਨਹੀਂ ਹੋਇਆ ਨਰਮਾ ਥੱਲੇ ਨੂੰ ਗਿਆ ਸਕ ਮੈਂ ਤਾਂ ਸਾਨੂੰ ਵਜਾਉਣ ਦੀ ਬਜਾਏ ਕੋਈ ਮਹਿਕਮੇ ਵਾਲਾ ਆਇਆ ਖੇਤੀ ਮਹਿਕਮੇ ਵਾਲਾ ਕੋਈ ਨਹੀਂ ਆਇਆ ਜੀ ਕਿਸੇ ਨੇ ਗੱਲ ਨਹੀਂ ਸੁਣੀ 5 ਸਾਲ ਹੋ ਗਏ ਮੇਰਾ ਨਰਮਾ ਮਰਦੇ ਨੂੰ ਮੈਂ ਮਰਾਂ ਇੱਕ ਵੇਲੇ ਨੂੰ ਵੀ ਲਿਆਇਆ ਵੀੜ ਕੋ ਵੀ ਲਵਾਈ ਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਗਰੀਬ ਬੰਦਾ ਮੈਂ ਠੀਕ 2 ਕਿੱਲੇ ਵਾਹਣ ਆ ਡੂਢ ਮੇਰੇ ਕੋਲੇ ਆਪਦਾ ਰਾਜ ਬੂਟਾ ਸਿੰਘ ਤੁੰਗਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਟਿਕਾਉਂਦਾ ਅੱਜ ਅਸੀਂ ਪਿੰਡ ਤੁੰਗਵਾਲੀ ਖੜੇ ਹਾਂ ਜਿੱਥੇ ਨਰਮੇ ਦੀ ਖੇਤੀ ਮਤਲਬ ਇੱਥੋਂ ਦੀਆਂ ਸਰਕਾਰਾਂ ਵਾਅਦਾ ਕਰਦੀਆਂ ਵੀ ਜਿਹੜਾ ਝੋਨੇ ਨੂੰ ਛੱਡ ਕੇ ਨਰਮਾ ਬੀਜਿਆ ਜਾਵੇ ਪਰ ਆਹ 3 ਕਿੱਲੇ ਨਰਮਾ ਗੁਰਬਚਨ ਸਿੰਘ ਦਾ ਅਤੇ ਛਿੰਦਰ ਸਿੰਘ ਦਾ 3 ਕਿੱਲੇ ਨੇ ਨਰਮਾ ਬੀਜਿਆ ਸੀ ਸਪਰੇਹਾਂ ਕਰੀਆਂ ਕੱਖ ਪੰਡਾ ਮਾਰਿਆ ਅੱਜ ਇਹ ਚਿੱਟੇ ਮੱਛਰ ਨੇ ਅਤੇ ਜਿਹੜੀ ਸੁੰਡੀ ਆ ਮਤਲਬ ਟਿੰਡਿਆਂ ਦੇ ਵਿੱਚ ਜਿਹੜਾ ਕੋਈ ਟਿੰਡਾ ਬਣਦਾ ਹੈ ਉਹਦੇ ਵਿੱਚ ਸੁੰਡੀ ਪੈ ਰਹੀ ਹੈ ਅਤੇ ਟਰੈਕਟਰ ਆ ਰਿਹਾ ਇਹਨੂੰ ਅੱਜ ਵਾਹ ਰਹੇ ਆ ਕਿਸਾਨ ਕਿਉਂਕਿ ਇਹਨਾਂ ਕੋਲ ਕੋਈ ਹੋਰ ਪ੍ਰਬੰਧ ਨਹੀਂ ਗਾ ਵੀ ਮੋਟਰ ਦਾ ਜਾਂ ਕੋਈ ਹੋਰ ਕਿਸੇ ਇਹਨਾਂ ਨੇ ਨਰਮਾ ਬੀਜਿਆ ਸੀ ਵਧੀਆ ਬੀਜ ਲਿਆਂਦਾ ਸੀਗਾ ਅਤੇ ਡੁਪਲੀਕੇਟ ਜਿਹੜੀਆਂ ਬੀਹਾਂ 'ਤੇ ਮਤਲਬ ਸਪਰੇਹਾਂ ਦੇ ਰਹੀ ਹੈ ਇੱਥੋਂ ਦੀ ਸਰਕਾਰ ਅਤੇ ਇੱਥੋਂ ਦੀ ਜਿਹੜਾ ਖੇਤੀਬਾੜੀ ਮਹਿਕਮਾ ਉਹ ਜਮ੍ਹਾਂ ਕੁੰਭਕਾਰ ਦੀ ਨਹੀਂ ਤਾਂ ਸੁੱਤਾ ਪਿਆ ਅੱਜ ਇਹਨਾਂ ਨੇ ਇੰਨਾ ਖਰਚਾ ਕਰਕੇ 3 ਕਿੱਲੇ ਵਾਹਣ ਦੇ ਉੱਤੇ ਪੂਰਾ ਮਤਲਬ ਅੱਜ ਪੁਲਿਆ ਵਾ ਨਰਮਾ ਅੱਜ ਵਾਹ ਰਹੇ ਨੇ ਇਸ ਕਰਕੇ ਅਸੀਂ ਨਿਖੇਧੀ ਕਰਦੇ ਹਾਂ ਪੰਜਾਬ ਸਰਕਾਰ ਦੀ ਅਤੇ ਮੰਗ ਕਰਦੇ ਹਾਂ ਵੀ ਜਿਹੜਾ ਇਹਦਾ ਬਣਦਾ ਮਾਜਵਾ ਦਿੱਤਾ ਜਾਵੇ ਕਿਸਾਨ ਨੂੰ ਵੀ 40,000 ਰੁਪਇਆ ਕਿੱਲੇ ਦਾ ਇਹਦਾ ਮਤਲਬ ਮਾਜਵਾ ਦਿੱਤਾ ਜਾਵੇ ਅਤੇ ਜਿਹੜੀ ਇਹਦੀ ਖਰਚਾ ਹੋਰ ਖਰਚਾ ਹੋਇਆ ਉਹ ਦਿੱਤਾ ਜਾਵੇ ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਜਿੱਥੇ ਨਕਲੀ ਕੀਟਨਾਸ਼ਕ ਅਤੇ ਬੀਜਾਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਉੱਥੇ ਹੀ ਸਰਕਾਰ ਕੋਲੋਂ ਕਿਸਾਨਾਂ ਨੂੰ ਘੱਟੋ ਘੱਟ 40,000 ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਅਜਿਹੇ 'ਚ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਹਨਾਂ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਤਾਏ ਹੋਏ ਕਿਸਾਨਾਂ ਦੀ ਬਾਂਹ ਫੜਦੀ ਹੈ ਜਾਂ ਫਿਰ ਨਹੀਂ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ